ਬਿਸਮਿਲ੍ਲਾ ਰਹਿਮਾਨ ਰਹੀਮ। ਨਾਜ਼ਰੀਨ ਅਸਲਾਮ ਅਲੈਕੁਮ। ਜਨਾਬ ਅੱਜ ਨੀ ਜਿਹੜੀ ਖਬਰ ਹੈ ਉਹ ਖਵਾਜੇ ਮਹਿਰਾਨ ਨੇ ਵਾਲ ਸਾਹਿਬ, ਖਵਾਜਾ ਅਰਸ਼ਦ ਸਾਹਿਬ ਔਰ ਉਹਨਾਂ ਨਾਲ ਮਹਿਰਾਨ ਸਾਹਿਬ ਨਾਲ ਭਾਈ ਇਹ ਕਮਿਸ਼ਨਰ ਸਾਹਿਬ ਨੇ ਅਦਾਲਤ ਜਾਂ ਉਹਨਾਂ ਨੇ ਦਫ਼ਤਰ ਚ ਜਿਹੜਾ ਉਹਨਾਂ ਨਾਲ ਬਿਆਨ ਜਾਰੀ ਹੋਇਆ। ਸਭ ਤੋਂ ਬੜੀ ਗੱਲ ਹੈ ਕਿ ਉਹਨਾਂ ਨੇ ਮਨ ਗੜਤ ਬਿਆਨ ਹੈ, ਉਹਨਾਂ ਨੇ ਜਿਹੜੀ ਗ੍ਰਿਫਤਾਰੀ ਹੋਈ ਹੈ ਮਹਿਰਾਨ ਸਾਹਿਬ ਨੇ ਵਾਲਦ ਸਾਹਿਬ ਦੀ ਗ੍ਰਿਫਤਾਰੀ ਹੋਈ, ਉਹਨਾਂ ਨੇ ਭਾਈ ਦੀ ਗ੍ਰਿਫਤਾਰੀ ਹੋਈ, ਚੇਅਰਮੈਨ ਇਫਤਖਾਰ ਅਹਿਮਦ ਸਦੀਕੀ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੋਈ, ਸੁਪਰੀਮ ਐਡ ਰਾਜਾ ਸਰਫਰਾਜ਼ ਸਾਹਿਬ ਦੀ ਗ੍ਰਿਫਤਾਰੀ ਹੋਈ, ਬਾਬਾ ਜਮੀਲ ਅੰਸਾਰੀ ਸਾਹਿਬ ਦੀ ਗ੍ਰਿਫਤਾਰੀ ਹੋਈ, ਜਾਂ ਬਾਕੀ ਜਿਹੜੇ ਸਾਥੀ ਹੈ ਸਾਰੇ ਜਿਹੜੇ ਸਾਥੀ ਗ੍ਰਿਫਤਾਰ ਹੋਏ ਨੂੰ ਉਹ ਇਸ ਇਤਜਾਜ ਤੋਂ ਪਹਿਲੇ ਨੇ ਗ੍ਰਿਫਤਾਰ ਹੈ। ਇਹ ਜਿਸ ਵਕਤ ਜਲਸੇ ਜਲੂਸ ਸ਼ੁਰੂ ਹੋਏ ਨੂੰ ਉਸ ਤੋਂ ਪਹਿਲੇ ਨੇ ਗ੍ਰਿਫਤਾਰ ਹੈ। ਕਮਿਸ਼ਨਰ ਸਾਹਿਬ ਨੇ ਜਿਹੜੀਆਂ ਗੱਲਾਂ ਨੂੰ ਇਹ ਸਾਰੀਆਂ ਬਿਲਕੁਲ ਮਨ ਗੜਤ ਗੱਲਾਂ ਨੂੰ, ਬਾਅਦ ਨੇ ਗ੍ਰਿਫਤਾਰੀ ਨਹੀਂ ਹੋਈ ਹੈ, ਅਗਲੇ ਦਿਨ ਰਾਤੀ ਨੇ ਗ੍ਰਿਫਤਾਰੀ ਕਰੀ ਗਈ ਹੈ। ਉਸ ਤੋਂ ਬਾਅਦ ਉਸਨੇ ਮਤਲਬ ਪ੍ਰੋਟੈਸਟ ਉਸਨੇ ਖਿਲਾਫ ਗਈ ਹੈ ਕਿ ਤੁਸੀਂ ਅਸਾਂ ਨਾਲ ਵਾਅਦਾ ਕੀਤਾ ਸੀ ਕੋਈ ਕਿਸੇ ਕਿਸਮ ਨਾਲ ਨਹੀਂ ਆਉਣ ਲੱਗੀ ਜਨਾਬ, ਮਨ ਤੁਸਾਂ ਨੇ ਗ੍ਰਿਫਤਾਰੀ, ਤੇ ਉਸ ਗ੍ਰਿਫਤਾਰੀ ਨੇ ਅਮਲ ਦੇ ਖਿਲਾਫ ਇਹ ਲੋਕ ਜੇ ਡਿਡਿਆਲੇ ਆ, ਅਸੀਂ ਸਾਰੀ ਆਵਾਮ ਨਿਕਲੀ ਹੈ। ਤੇ ਇਹ ਮੈਂ ਤੁਸੀਂ ਦੱਸਣਾ, ਇਹ ਸਾਰੇ ਲੋਕ ਨਾਜ਼ਰੀਨ ਜਿਹੜੇ ਉਹ ਇਹ ਸਮਝ ਲਓ ਕਿ ਤੁਸੀਂ ਹੁਣ ਗੌਰਮੈਂਟ ਹਕੂਮਤ ਇਸ ਲਿਹਾਜ਼ ਮਿੰਨਤਾਂ ਕਰਨੇ ਪਰ ਵੀ ਇਨਸ਼ਾਅੱਲਾ ਤਿਆਰ ਹੈ। ਸਾਰੇ ਬੰਦੇ ਨਿਕਲੋ, ਸਾਰੇ ਬੰਦਿਆਂ ਕੀ ਕੱਲ ਅਸਾਂ ਇੱਕ ਕਾਲ ਦਿੱਤੀ ਵੀ ਹੈ ਅਵਾਮੀ ਐਕਸ਼ਨ ਕਮੇਟੀ ਤਰਫੋਂ ਚੌਕ ਡਿਡਿਆਲੀ ਚ, ਸਾਰੇ ਬੰਦੇ ਉੱਥੇ ਪਹੁੰਚੋ। ਚੇਅਰਮੈਨ ਇਫਤਖਾਰ ਅਹਿਮਦ ਸਦੀਕੀ ਸਾਹਿਬ ਰਿਹਾ ਨਹੀਂ ਹੋਏ, ਬਾਕੀ ਸਾਥੀ ਰਿਹਾ ਨਹੀਂ ਹੋਏ ਨੂੰ, ਉਹ ਜਿਤਨੇ ਬੰਦੇ ਡਿਡਿਆਲ ਤੋਂ ਕਾਫਲੇ ਗਏ ਵੇ ਮੁਜ਼ਫਰਾਬਾਦ ਦੀ ਤਰਫ, ਉਹ ਲੋਕ ਸਾਡੇ ਬੜੀ ਤਕਲੀਫ ਵਿੱਚ ਏ ਉਹਨਾਂ ਲੋਕਾਂ ਵਾਸਤੇ। ਬਿਲਕੁਲ ਅਗਰ ਉਹਨਾਂ ਦੇ ਲੋਕਾਂ ਸਾਡੇ ਜਿਹੜੇ ਕਾਫਲੇ ਗਏ ਵੇ ਕਸ਼ਮੀਰ ਨੇ ਉੱਥੇ ਡਿਡਿਆਲ ਤੋਂ ਗਏ ਵੇ, ਮੀਰਪੁਰ ਡਿਵੀਜ਼ਨ ਤੋਂ ਗਏ ਵੇ, ਅਗਰ ਕਿਸੇ ਬੰਦੇ ਕੀ ਕੋਈ ਜਾਨੀ ਮਾਲੀ ਕਿਸੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਗਿਆ ਫੋਰਸਿਸ ਦੀ ਤਰਫੋਂ, ਅਸਾਂ ਤਮਾਮ ਡਿਡਿਆਲੇ ਲੋਕ ਮਰਦ ਔਰਤਾਂ ਬੱਚੇ ਸਭ ਨਿਕਲਣ ਵਾਸਤੇ ਤਿਆਰ ਹਾਂ, ਔਰ ਸਾਰੇ ਇਸ ਗੱਲਾਂ ਵਾਸਤੇ ਤਿਆਰੀ ਹੋਈ ਹੋ, ਤਿਆਰੀ ਕਰੋ ਔਰ ਨਿਕਲਣ ਵਾਸਤੇ। ਇਹ ਇਤਨਾ ਆਸਾਨ ਕੰਮ ਨਹੀਂ ਹੈ ਕਿ ਕਿਸੇ ਮਤਲਬ ਤੁਸਾਂ ਕੰਮੇ ਕੀ ਦੇਰ ਕਰੋ। ਔਰ ਕੱਲ ਜਿਹੜੀ ਸਾਡੀ ਹੋਸੀ ਜਨਾਬ ਡਿਡਿਆਲ ਚੌਕ ਵਿੱਚ ਮੀਟਿੰਗ ਹੋਸੀ, ਜਿਹੜਾ ਅਸਾਂ ਉੱਥੇ ਇਤਜਾਜ ਕਰਨਾ, ਉਸ ਬੜਾ ਇੱਕ ਅਹਿਮ ਐਲਾਨ ਵੀ ਅਸਾਂ ਕਰਨਾ ਆ, ਤੇ ਸਾਰੇ ਸਾਥੀ ਤੋ ਜਿਤਨੇ ਵੀ ਡਿਡਿਆਲ ਨੇ ਉਹ ਬਿਲਕੁਲ ਤਿਆਰ ਹੋਈ ਤੇ ਨਿਕਲੋ, ਬਿਲਕੁਲ ਜਨਾਬ ਆਪਣੇ ਆਪ ਕੀ ਜਨਾਬ ਰੈਡੀ ਰੱਖੋ। ਤੇ ਇਹ ਇਤਨਾ ਮਤਲਬ ਸੌਖਾ ਨਹੀਂ, ਇਸਨੇ ਬੰਦੇ ਨਹੀਂ ਛੋਨੇ ਜਦ ਤੱਕ ਸਾਡੇ ਬਾਕੀ ਜਿਹੜੇ ਸਾਥੀ ਏ ਜਿਹੜੇ ਉਹ ਰਹਿਣੇ ਨੂੰ ਗ੍ਰਿਫਤਾਰ ਇਹਨਾਂ ਕੋਲ, ਉਹ ਜਦ ਤੱਕ ਨਾ ਛੋੜ ਸਕਣ ਜਦ ਤੱਕ ਅਸਾਂ ਅਮਨ ਨਾਲ ਨਹੀਂ ਬਹਿਣਾ। ਤਾਂ ਮਾੜੀ ਸਾਰੀਆਂ ਬੰਦੀਆਂ ਕੀ ਪੂਰੀ ਨਾਜ਼ਰੀਨ ਪੂਰੇ ਡਿਡਿਆਲਿਆਂ ਸਾਥੀਆਂ ਕੀ ਇਹ ਅਪੀਲ ਹੈ ਕਿ ਜਿਤਨਾ ਜਲਦੀ ਹੋ ਸਕਣਾ ਆਪਣੇ ਆਪ ਕੀ ਤਿਆਰ ਕਰੋ, ਕਮਰ ਬਸਤਾ ਹੋਈ ਜਾਓ। ਤੇ ਕੱਲ ਨੇ ਜਿਹੜਾ ਨਾ ਜਲੂਸ ਵਿੱਚ ਸਾਡੇ ਮੀਟਿੰਗ ਡਿਡਿਆਲ ਚੌਕ ਸਾਰੇ ਬੰਦੇ ਉੱਥੇ ਆਪਣੇ ਆਪਣੇ ਹਾਜ਼ਰੀਆਂ ਦਿਓ, ਅਸਾਂ ਕੀ ਉੱਥੇ ਇਕੱਠੇ ਹੋ ਔਰ ਅਸਾਂ ਅਗਲਾ ਇਨਸ਼ਾਅੱਲਾ ਜਿਹੜਾ ਲਾਏ ਅਮਲ ਤਿਆਰ ਕੀਤਾ ਉਸ ਨਾਲ ਕੱਲ ਐਲਾਨ ਕਰਸਾਂ। ਤੇ ਔਰ ਤਮਾਮ ਹਕੂਮਤ ਨੇ ਤਮਾਮ ਨੁਮਾਇੰਦਿਆਂ ਕੀ ਔਰ ਤਮਾਮ ਜ਼ਿੰਮੇਦਾਰਾਂ ਕੀ ਇਹ ਮੇਰੀ ਤਰਫੋਂ ਇਹ ਅਪੀਲ ਹੈ ਕਿ ਜਿਤਨਾ ਜਲਦੀ ਹੋ ਸਕਣਾ ਸਾਡੇ ਬੰਦੇ ਕੀ ਰਿਹਾਅ ਕੀਤਾ ਜਾਏ, ਵਰਨਾ ਬਾਕੀ ਜਿਹੜੇ ਲੋਕ ਅਸਾਂ ਇਨਸ਼ਾਅੱਲਾ ਇਹ ਪੂਰਾ ਕਾਫਲਾ ਲੈ ਕੇ ਮੁਜ਼ਫਰਾਬਾਦ ਦੀ ਤਰਫ ਰਵਾਨਾ ਹੋਣੇ ਪਏ ਆ ਜਾਂ ਤਿਆਰੀ ਕਰਨੇ ਪਏ ਆ। ਤੇ ਇਸਨੇ ਤੂੰ ਸਾਰੇ ਬੰਦੇ ਜਿਹੜਾ ਨੂੰ ਉਹ ਸਬਕ ਕਹਿਣੋ ਕਿ ਆਵਾਮ ਜਿਹੜੀ ਹੈ ਬੜੀ ਪਰੇਸ਼ਾਨੀ ਵਿੱਚ ਹੈ, ਬੜੀ ਤੰਗੀ ਵਿੱਚ ਹੈ। ਤੇ ਨਾਜ਼ਰੀਨ ਬਿਲਕੁਲ ਇਹ ਮੇਰੇ ਪੈਗਾਮ ਕੀ ਤੁਸਾਂ ਸੁਣੀ ਕਹਿੰਦਾ, ਤੇ ਸਾਰੇ ਕੱਲ ਇਨਸ਼ਾਅੱਲਾ ਇਹ ਤੁਸਾਂ ਚੌਕ ਚ ਇਕੱਠੇ ਹੋ। ਤੇ ਚਲੋ ਆਪਣੇ ਅਰਸ਼ਦ ਸਾਹਿਬ ਨੇ ਆਪਣੇ ਉਹਨਾਂ ਨੇ ਬੇਟੇ ਨੇ ਜਿਹੜੀ ਰਿਹਾਈ ਹੈ, ਚਲੋ ਇਸ ਕੀ ਅਸਾਂ ਵੈਲਕਮ ਕਰ ਰਹੇ ਹਾਂ। ਬੇਗਨਾ ਬੰਦੇ ਨਾਲ ਗ੍ਰਿਫਤਾਰ ਕੀਤੇ ਸਨ ਤੇ ਬੇਗਨਾ ਬੰਦੇ ਨੂੰ ਸਾਰੇ ਓਕੇ ਖੁਦਾ ਹਾਫਿਜ਼।